सो दोस्तों सारे जानते हो भी DLFA मेला जिहड़ा चड़क मंडी चल रहा है अज 25 तरीक है तो फाइनल रिजल्ट आ गए हैं मिल्किंग दे विच तीन नस्लां जिहड़ियां जां तीन कैटागरियां बनाईयां गईयां सी जिहदे चों नीली रावी मुरा ते इह तों बिना ग्रेडड ते अज इस मेले दे विच पहले नंबर ते रहण वालियां तिन्ने मझां दे मालकां नूं इक टीम वल्लों नगद इनाम जिहड़ा उह आपदे तौर दे उत्ते उह दे के सन्मानित कीता जा रहा है जिहदे च पहले नंबर ते तुहानूं नीली रावी नसल दी मझ दिखाउणी है ते मैं शुरू च इक गल ऐड कर दिया वी इह नीली रावी नसल दा मेलियां दा हुण तक दा इह रिकॉर्ड इस मझ ने पैदा कीता है 25 किलो 800 ग्राम दुध दे के इस मझ ने पहली पोजिशन हासिल कीती ते भाई इहदे मालक है जिहड़े उहनां दा जिहड़ा उह मान सन्मान कीता जाऊगा जिन्हां ने मान सन्मान करना दोस्तों वी जाने पछाणे चेहरे जिन्हां च लखा कुहाड़ा सुखविंदर सिंह सुखा बाई नत्थू वाला गरबी तों नाल सुखदीप लंगियाणे वाला वीर ये तो बिना मास्टर अमृत ते ओ इन्हां वल्लों जिहड़ा उह सन्मान इन्हां बाई होरां दा कीता जा रहा है ये मझ दसो जिन्हें रिकॉर्ड बनाया मेले का तुसीं मझ चंगी तरह देख लो वैसे यदि वीडियो अलग तो भी कोशिश करांगे शूट करन दी तुसीं इहदे थणां दा सैज देखो हवाने दे उत्ते नाड़ां देख सकते हो बाकी जिहड़ियां इहदियां अखां सिंग ढांचा जिहड़ा उह इहदी बनावट तुसीं देख सकते हो आपां गल्लां बातां भी इस मझ संबंधी करांगे ते इहदा जिहड़ा इहदे मालक है वीर उहनां दा भी जिहड़ा उह मान सन्मान बाई होरां ने करना है ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਬਤਾਉਣਾ ਬਾਈ ਆਪਣਾ ਨਾਮ ਮਨਜੀਤ ਜੀ ਠੀਕ ਹੈ ਸਰ ਮਨਜੀਤ ਬਾਈ ਪਹਿਲੀ ਮੱਝ ਖਰੀਦੀ ਸੀ ਨੀਲੀ ਰਾਵੀ ਨਸਲ ਦੀ ਹਾਂਜੀ ਹਾਂਜੀ ਕਿੰਨਾ ਦੁੱਧ ਦਿੱਤਾ ਇਹਨੇ ਇੱਥੇ 25 ਕਿਲੋ 800 ਗ੍ਰਾਮ 25 ਕਿਲੋ 800 ਗ੍ਰਾਮ ਠੀਕ ਹੈ ਅੱਛਾ ਇਸ ਮੱਝ ਨੇ ਜਾਣੀ ਇੱਥੇ ਪਹਿਲੀ ਪੋਜੀਸ਼ਨ ਨੀਲੀ ਰਾਵੀ ਨਸਲ 'ਚੋਂ ਹਾਸਲ ਕੀਤੀ ਅਤੇ ਪਹਿਲੀ ਆਪਾਂ ਖਰੀਦੀ ਸੀ ਹਾਂਜੀ ਹਾਂਜੀ ਠੀਕ ਹੈ ਸੋ ਦੱਸੋ ਇਹ ਮੱਝ ਬਾਈ ਨੇ ਪਹਿਲੀ ਨੀਲੀ ਰਾਵੀ ਨਸਲ ਦੀ ਮੱਝ ਖਰੀਦੀ ਹਾਲਾਂਕਿ ਇਸ ਵੀਰ ਨੂੰ ਤੁਸੀਂ ਜਾਣਦੇ ਹੋਵੋਗੇ ਮੁਰਾ ਮੱਝਾਂ ਦੇ ਵਿੱਚ ਬਾਈ ਦਾ ਚੰਗਾ ਨਾਮ ਹੈ ਚੰਗੀਆਂ ਮੱਝਾਂ ਵੀਰ ਖਰੀਦ ਕੇ ਉਹਨਾਂ ਦਾ ਦੁੱਧ ਚਵਾਉਂਦਾ ਅਤੇ ਇਹ ਸਾਰੀ ਟੀਮ ਵੱਲੋਂ ਬਾਈ ਦਾ ਜਿਹੜਾ ਉਹ ਸਨਮਾਨ ਕੀਤਾ ਜਾਣਾ ਦੋਸਤੋ ਜਿਹਦੇ 'ਚ ਬਾਈ ਰਣਜੀਤ ਸਿੰਘ ਵੀ ਆ ਗਿਆ ਨਾਲ ਜਿਨ੍ਹਾਂ ਕੋਲ ਇਸ ਟਾਈਮ ਕੰਡੇ ਵਾਲਾ ਬੁੱਲ ਹੈ ਅਤੇ ਗੋਲਡਨ ਬੂਰਾ ਵੀ ਇਹਨਾਂ ਦੇ ਕੋਲ ਸੀ ਸੋ ਇਹ ਨਗਦ ਰਾਸ਼ੀ ਇਹਨਾਂ ਵੀਰਾਂ ਵੱਲੋਂ ਇਸ ਬਾਈ ਨੂੰ ਆਪਦੇ ਤੌਰ 'ਤੇ ਬਾਈ ਤਾੜੀਆਂ ਮਾਰਦੇ ਹੋਏ ਸੋ ਦੋਸਤੋ ਇਹ ਕਲੈਪਿੰਗ ਜ਼ਰੂਰੀ ਹੈ ਕਿਉਂਕਿ ਹੌਸਲਾ ਬਾਈ ਹੋਰਾਂ ਦਾ ਵਧਾਇਆ ਜਾ ਰਿਹਾ ਸੋ ਇਸ ਮੱਝ ਨੇ ਦੱਸੋ ਪਹਿਲੀ ਪੋਜੀਸ਼ਨ ਹਾਸਲ ਕੀਤੀ ਅਤੇ ਇਹਨੇ ਉਹ ਕੈਟਾਗਰੀ ਦੇ ਜਿਹੜੀਆਂ ਸ਼ਰਤਾਂ ਮੇਲੇ ਵੱਲੋਂ ਰੱਖੀਆਂ ਗਈਆਂ ਸੀ ਵੀ ਨੀਲੀ ਰਾਵੀ 25 ਕਿਲੋ ਤੋਂ ਬਾਹਰ ਦੁੱਧ ਦਿੰਦੀ ਹੈ ਤਾਂ ਉਹਨੂੰ ਟਰੈਕਟਰ ਦਿੱਤਾ ਜਾਊਗਾ ਅਤੇ ਉਸ ਕੈਟਾਗਰੀ ਦੇ ਵਿੱਚ ਇਸ ਮੱਝ ਨੇ ਦੁੱਧ ਚਵਾ ਕੇ ਟਰੈਕਟਰ ਦੇ ਉੱਤੇ ਆਪਣਾ ਦਾਅਵਾ ਪੇਸ਼ ਕਰਤਾ ਬਾਕੀ ਆਉਣ ਵਾਲਾ ਟਾਈਮ ਦੱਸੂਗਾ ਵੀ ਇਨਾਮ ਇਹਨੂੰ ਜਿਹੜਾ ਉਹ ਮੇਲੇ ਵੱਲੋਂ ਜਾਂ ਕਮੇਟੀ ਜਿਹੜੀ ਉਹ ਕਿੱਦਾਂ ਦਾ ਸਨਮਾਨ ਦਿੰਦੀ ਹੈ ਪਰ ਮੱਝ ਨੇ ਇੱਕ ਨਵਾਂ ਰਿਕਾਰਡ ਸਥਾਪਿਤ ਕਰਤਾ ਨਸਲ ਨੀਲੀ ਰਾਵੀ ਦੇ ਵਿੱਚ ਦੁੱਧ ਦਿੱਤਾ ਦੋਸਤੋ 25 ਕਿਲੋ 800 ਗ੍ਰਾਮ ਸੋ ਵੱਖਰੀ ਬਿਊਟੀ ਦੋਸਤੋ ਇਸ ਮੱਝ ਦੀ ਤੁਹਾਨੂੰ ਨਜ਼ਰ ਆਊਗੀ ਇਹਦੇ ਢਾਂਚੇ ਦੀ ਜਿਹੜੀ ਉਹ ਬਣਾਵਟ ਤੁਹਾਨੂੰ ਦਿਸਦੀ ਹੋਣੀ ਹੈ ਬਹੁਤ ਸੋਹਣੀ ਇਹ ਮੱਝ ਜਿਹੜੀ ਬਰੀਡ ਦੇ ਵਿੱਚੋਂ ਬਿਊਟੀ ਕੰਪੀਟੀਸ਼ਨਾਂ 'ਚ ਵੀ ਜਾਊਗੀ ਤਾਂ ਮੇਰੇ ਖਿਆਲ 'ਚ ਇਹ ਨਹੀਂ ਹੈ ਵੀ ਕਿਸੇ ਗੱਲੋਂ ਕੋਈ ਵੀਰ ਇਹਨੂੰ ਸਾਈਡ 'ਤੇ ਕਰ ਦੂਗਾ ਇੱਦਾਂ ਦੀ ਇਹਦੀ ਬਾਡੀ ਬਣਤਰ ਹੈ ਜਾਂ ਇਹਦੀ ਬਿਊਟੀ ਹੈ ਉਹ ਵੈਸੇ ਇਹ ਮਿਲਕਿੰਗ ਦੇ ਵਿੱਚੋਂ ਵੱਡੀ ਗੱਲ ਹੁੰਦੀ ਹੈ ਦੋਸਤੋ ਪਸ਼ੂ ਦਾ ਜਿੱਤਣਾ ਅਤੇ ਉਸ ਮੁਕਾਬਲੇ ਦੇ ਵਿੱਚੋਂ ਇਸ ਮੱਝ ਨੇ ਜਿਹੜੀ ਪੋਜੀਸ਼ਨ ਹਾਸਲ ਕੀਤੀ ਉਹ ਪਹਿਲੀ ਰਹੀ ਨੀਲੀ ਰਾਵੀ ਨਸਲ ਦੇ ਵਿੱਚੋਂ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸੋ ਅਤੇ ਇਸੇ ਵੀਡੀਓ 'ਚ ਅੱਗੇ ਦੋ ਮੱਝਾਂ ਹੋਰ ਤੁਹਾਨੂੰ ਦਿਖਾਉਣੀਆਂ ਜਿਹਦੇ 'ਚੋਂ ਗ੍ਰੇਡਡ ਜਿਹੜੀ ਫਸਟ ਆਈ ਹੈ ਅਤੇ ਇਹ ਤੋਂ ਬਿਨਾਂ ਰੇਸ਼ਮਾ ਜਿਹੜੀ ਮੁਰਾ ਮੱਝਾਂ ਦੇ ਵਿੱਚੋਂ ਫਸਟ ਆਈ ਹੈ ਦੁੱਧ ਚਵਾਈ 'ਚੋਂ ਉਹ ਇਸੇ ਵੀਡੀਓ ਦੇ ਵਿੱਚ ਐਡ ਜਿਹੜਾ ਉਹ ਮੈਂ ਕਲਿੱਪ ਲਾਊਂਗਾ ਅਤੇ ਉਹਨਾਂ ਵੀਰਾਂ ਦਾ ਵੀ ਇਸ ਟੀਮ ਵੱਲੋਂ ਜਿਹੜਾ ਉਹ ਸਨਮਾਨ ਕੀਤਾ ਜਾਣਾ ਸੋ ਦੋਸਤੋ ਤੁਹਾਨੂੰ ਦੂਜੇ ਨੰਬਰ 'ਤੇ ਮੱਝ ਦਿਖਾਉਣੇ ਆ ਜਿਹਨੇ ਦੁੱਧ ਚਵਾਈ ਦੇ ਵਿੱਚੋਂ ਪਹਿਲੀ ਪੋਜੀਸ਼ਨ ਹਾਸਲ ਕੀਤੀ ਅਤੇ ਕੈਟਾਗਰੀ ਸੀਗੀ ਗ੍ਰੇਡਡ ਅਮਿਤ ਢਾਂਡੇ ਬਾਈ ਦੀ ਇਹ ਮੱਝ ਹਰਿਆਣੇ ਦੇ ਵਿੱਚੋਂ ਆਈ ਸੀ ਦੋਸਤੋ ਗ੍ਰੇਡਡ ਮੱਝਾਂ ਜਿਹੜੀਆਂ ਨਾ ਤਾਂ ਨੀਲੀ ਰਾਵੀ 'ਚ ਆਉਂਦੀਆਂ ਹੁੰਦੀਆਂ ਅਤੇ ਨਾ ਉਹਨੂੰ ਮੁਰਾ 'ਚ ਗਿਣਿਆ ਜਾਂਦਾ ਮਤਲਬ ਦੋਨਾਂ ਨਸਲਾਂ ਕਿਤੇ ਨਾ ਕਿਤੇ ਮਿਕਸ ਮੰਨੀਆਂ ਜਾਂਦੀਆਂ ਬਾਡੀ ਬਣਤਰ ਦੇਖੋ ਮੱਝ ਦੀ ਅਤੇ ਇਸ ਮੱਝ ਨੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਗ੍ਰੇਡਡ ਮੱਝਾਂ ਦੇ ਵਿੱਚੋਂ ਚੰਗਾ ਦੁੱਧ ਜਿਹੜਾ ਉਹ ਇਸ ਮੱਝ ਨੇ ਦਿੱਤਾ ਅਤੇ ਇਸ ਮੱਝ ਦਾ ਵੀ ਜਿਹੜਾ ਉਹ ਸਨਮਾਨ ਕਰਨਾ ਮੱਝ ਦਾ ਸਨਮਾਨ ਹੁੰਦਾ ਦੋਸਤੋ ਕਿਉਂਕਿ ਮੱਝ ਨੇ ਦੁੱਧ ਮੇਲਾ ਜਿਤਾਇਆ ਅਤੇ ਮਾਲਕ ਦਾ ਹੌਸਲਾ ਵਧਾਉਣ ਵਾਸਤੇ ਸਾਰੀ ਟੀਮ ਬਾਈ ਲੱਖਾ ਕੁਹਾੜਾ ਨਾਲ ਮਾਸਟਰ ਜੀ ਸਾਡੇ ਸੁਨਾਮ ਏਰੀਏ ਦੇ ਵਿੱਚੋਂ ਸੋ ਉਹ ਬਾਈ ਵੀ ਨਾਲ ਅਤੇ ਨਾਲ ਸੁਖਵੀਰ ਬਾਈ ਹੈਗੇ ਆ ਇਧਰਲੇ ਪਾਸੇ ਬਾਈ ਸੁਖਵਿੰਦਰ ਸਿੰਘ ਸੁੱਖਾ ਨਾਲ ਬਾਈ ਜਗਵੀਰ ਅਤੇ ਇਹ ਅਮਿਤ ਢਾਂਡਾ ਬਾਈ ਜੀ ਹੋਰਾਂ ਨੂੰ ਜਿਹੜਾ ਉਹ ਥੋੜ੍ਹਾ ਮਾਣ ਸਨਮਾਨ ਕੀਤਾ ਜਾਣਾ ਕਿਉਂਕਿ ਉਹਦੀ ਮੱਝ ਨੇ ਬਹੁਤ ਸੋਹਣਾ ਦੁੱਧ ਦਿੱਤਾ ਅਤੇ ਮੇਲੇ ਦੇ ਵਿੱਚੋਂ ਫਸਟ ਪੋਜੀਸ਼ਨ ਦੁੱਧ ਚਵਾਈ ਦੇ ਵਿੱਚੋਂ ਗ੍ਰੇਡਡ ਮੱਝਾਂ 'ਚੋਂ ਦਿੱਤਾ ਜਿਹੜੀ ਉਹ ਜਿੱਤੀ ਥਣ ਦਾ ਸਹਿਜ ਹਵਾਨੇ ਅਤੇ ਨਾੜਾਂ ਤੁਸੀਂ ਦੇਖੋ ਅਤੇ ਇਹ ਸੁਖਵੀਰ ਬਾਈ ਦੇ ਕੋਲੋਂ ਵੇਖ ਕੇ ਅੱਗੇ ਅਮਿਤ ਢਾਂਡਾ ਜੀ ਦੇ ਕੋਲ ਗਈ ਸੀ ਉਹ
ਨਗਦ ਰਾਸ਼ੀ ਦਿੱਤੀ ਜਾਣੀ ਹੈ ਦੋਸਤੋ, ਕਿਉਂਕਿ ਇਹ ਸੁਖਬੀਰ ਬਾਈ ਦਾ ਵੀ ਰਿਕਾਰਡ ਹੀ ਆ ਵੀ ਜਿਹੜੀ ਲਾਈਵ ਮਿਲਕਿੰਗ ਬਾਈ ਦੇਖਦਾ ਜਦੋਂ ਕਿਸੇ ਮੇਲਿਆਂ 'ਚ ਪਸ਼ੂ ਜਿੱਤਦਾ ਤਾਂ ਉਦੋਂ ਬਾਈ ਹੋਰੀ ਸਨਮਾਨਿਤ ਕਰਦੇ ਆ ਬਾਈ। ਤਾੜੀਆਂ ਸਾਰੇ ਵੀਰ ਜ਼ਰੂਰ, ਕਿਉਂਕਿ ਇਹਨਾਂ ਦਾ ਹੌਸਲਾ ਵਧਾਇਆ ਬਾਈ ਹੋਰਿਆਂ ਨੇ ਇਸ ਮੱਝ ਵਾਸਤੇ। ਅਤੇ ਇਹਤੋਂ ਬਾਅਦ 'ਚ ਤੁਹਾਨੂੰ ਦਿਖਾਉਣੀ ਹੈ ਦੋਸਤੋ ਇੱਕ ਮੱਝ ਹੋਰ ਜਿਹੜੀ ਉਹ ਫਸਟ ਆਈ, ਉਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ। ਅਤੇ ਦੋਸਤੋ ਮੁਰਾ ਵੱਡੀਆਂ ਮੱਝਾਂ ਦੇ ਵਿੱਚੋਂ ਰੇਸ਼ਮਾ ਮੱਝ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। 29 ਕਿਲੋ ਲਗਭਗ 700 ਗ੍ਰਾਮ ਦੁੱਧ ਜਿਹੜਾ ਹੋ ਰਿਹਾ, ਥੋੜ੍ਹੇ ਬਹੁਤ ਗ੍ਰਾਮ ਇੱਧਰ ਉੱਧਰ ਹੋ ਸਕਦੇ ਆ। 29 300 ਗ੍ਰਾਮ ਘੱਟ 30 ਕਿਲੋ ਤੋਂ ਦੁੱਧ ਦਿੱਤਾ ਨਰੇਸ਼ ਬੁੱਢਾ ਖੇੜਾ ਬਾਈ ਜੀ ਹੋਰੀ ਜਿਨ੍ਹਾਂ ਦੀ ਇਹ ਮੱਝ ਹੈ। ਅਤੇ ਇਹਨਾਂ ਦਾ ਵੀ ਨਗਦ ਰਾਸ਼ੀ ਜਿਹੜੀ ਉਹ ਇੱਕ ਟੀਮ, ਮੈਂ ਪਹਿਲਾਂ ਨਾਮ ਬੋਲਤੇ ਜਿਹਦੇ 'ਚ ਦੋਸਤੋ ਸੁਖਦੀਪ ਨਾਲ, ਸੁਖਵਿੰਦਰ ਬਾਈ ਸੁੱਖਾ ਨੱਥੂ ਵਾਲੇ ਤੋਂ, ਲੱਖਾ ਕੁਹਾੜੇ ਵਾਲਾ ਨਾਲ, ਜਗਵੀਰ ਅਤੇ ਇੱਕ ਬਾਈ ਅੰਮ੍ਰਿਤ। ਸੋ ਇਹਨਾਂ ਦਾ ਵੀ ਉਹ ਸਨਮਾਨ ਕੀਤਾ ਜਾਣਾ ਬਾਈ, ਕਲੈਪਿੰਗ। ਸੋ ਦੋਸਤੋ ਇਹ ਬਾਈ ਹੋਰਿਆਂ ਦਾ ਮਾਣ ਸਨਮਾਨ ਅਤੇ ਇਹਨਾਂ ਦਾ ਹੌਸਲਾ ਵਧਾਇਆ ਜਾ ਰਿਹਾ ਨਗਦ ਰਾਸ਼ੀ ਜਿਹੜੀ ਉਹ ਆਪਦੇ ਵੱਲੋਂ ਦੇ ਕੇ। ਧੰਨਵਾਦ ਸਾਰੇ ਵੀਰਾਂ ਦਾ ਇਸ ਵੀਡੀਓ ਨੂੰ ਦੇਖਣ ਵਾਸਤੇ। ਅਤੇ ਬਹੁਤ ਵਧੀਆ ਇੱਕ ਦੱਸੋ ਇਹ ਸੁਨੇਹਾ ਵੀ ਹੈ ਵੀ ਜਿਹੜੇ ਵੀਰ ਮਿਹਨਤ ਕਰਦੇ ਆ ਅਤੇ ਦੂਜੇ ਨਾਲ ਖੜ੍ਹ ਕੇ ਉਹਨਾਂ ਦਾ ਹੌਸਲਾ ਵਧਾਉਂਦੇ ਆ।